ਦੇ ਵੀ ਇੱਕ ਵਾਰੀ ਜ਼ਰੂਰ ਸੁਣਾ ਦਿਓ। ਹਾਂ ਇੱਥੇ ਨੇੜੇ ਜੇ ਆ ਜਾਓ ਫਿਰ ਆਪਾਂ ਸਾਰੇ ਰਲ ਕੇ ਜੇ ਗਾ ਲੈਂਦੇ ਯਾਰ, ਤੁਸੀਂ ਦੂਰ ਦੂਰ ਜੇ, ਮੈਨੂੰ ਤਾਂ ਕਲਾਕਾਰ ਨੂੰ ਐਨਰਜੀ ਫੇਰ ਮਿਲਦੀ ਜੇ ਕੁਰਸੀਆਂ ਭਰੀਆਂ ਪਈਆਂ ਹੋਣ ਅਤੇ ਆਸੇ ਪਾਸੇ ਬੰਦੇ ਖੜ੍ਹੇ ਹੋਣ। ਮੈਂ ਕਿੱਥੇ ਟੱਕਰਾਂ ਮਾਰੂੰ ਢਾਬੇ 'ਤੇ ਲੈ ਜਾ ਯਾਰਾਂ ਨੂੰ, ਟਾਈਮ ਤਾਂ ਵੈਸੇ ਢਾਬੇ ਵਾਲਾ, ਪਰ ਅੱਜ ਮੇਰੀ ਕੋਈ ਪ੍ਰੋਬਲਮ ਸੀ, ਮੈਂ ਇਕੱਲਾ ਹੀ ਆਇਆ ਇਸ ਕਰਕੇ। ਜਿਹੜੇ ਦੁਕਾਨੇ ਆ ਤੁਸੀਂ ਦੁਕਾਨਿਆਂ ਨੂੰ ਸਾਡੇ ਨੂੰ ਬੜਾ ਪਿਆਰ ਦਿੰਦੇ ਹੋ, ਜੇ ਪੀ ਕੇ ਆਇਆ ਤਾਂ ਦਰਵਾਜ਼ਾ ਬੰਦ ਕਰ ਦਿਆਂਗੇ, ਦਿਓਰ ਤੇਰੇ ਨੇ ਪਾਉਣੇ ਸ਼ੌਂਕ ਦੇ ਤੰਦ ਭਾਬੀਏ ਨਹੀਂ, ਜੇ ਤੇਰੀ ਥਾਂ 'ਤੇ ਮੈਂ ਹੁੰਦੀ ਐੱਸ ਡੀ ਓ ਲੱਗੀ ਵੇ, ਤੇਰੇ ਪਿਓ ਦਾ ਦੱਸ ਦੇ ਕਿੱਥੇ ਖੜ੍ਹਾ ਜਹਾਜ਼ ਕੋਲੇ। ਸਿੱਧੂ ਵਾਲਾ ਗਾਣਾ ਸੁਣਨਾ ਆਇਆ ਹੈ ਹਾਏ, ਫਿਰ ਬੈਠੋ ਨਾ ਯਾਰ, ਇੱਥੇ ਆਓ। ਹੈਲੋ ਹੈਲੋ, ਹਾਂ ਸਾਰੇ ਰਲ ਮਿਲ ਕੇ ਗਾਉਂਦੇ, ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਬਾਬਾ ਚੜ੍ਹਦੀ ਕਲਾ 'ਚ ਰੱਖਣ। ਹਾਂ ਇੱਥੇ ਡਾਕਟਰ ਸਾਹਿਬ ਥੋੜ੍ਹੀ ਜਿਹੀ ਹੁਣ ਬਣਾਇਓ ਫਿਰ ਆਪਾਂ। ਇਹ ਮੇਰਾ ਭਰਾ ਬਹੁਤ ਸਤਿਕਾਰਯੋਗ ਆ ਮੇਰਾ, ਇਹ ਡਾਕਟਰ ਗੁਲਜ਼ਾਰ ਮਦੀਨਾ, ਹਰ ਖੇਤਰ ਦੇ ਵਿੱਚ ਜਿਨ੍ਹਾਂ ਨੇ ਬੱਲੇ ਬੱਲੇ ਕਰਵਾਈ ਵੀ ਹੈ, ਚਾਹੇ ਉਹ ਪ੍ਰੈਸ ਰਿਪੋਰਟਰ ਹੋਣ, ਚਾਹੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਨਸਾਨੀਅਤ ਹੁੰਦੀ ਹੈ ਬਾਈ ਜੀ, ਡਿਊਟੀਆਂ ਲਾਈਆਂ ਪਰਮਾਤਮਾ ਨੇ, ਕੰਮ ਕਾਰ ਆਪਾਂ ਸਾਰੇ ਕਰੀ ਜਾਂਦੇ ਹਾਂ, ਔਰ ਜਿਹੜੀ ਇਨਸਾਨੀਅਤ ਆ ਉਹ ਇਹਨਾਂ ਇਨਸਾਨਾਂ ਦੇ ਵਿੱਚ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹੈ। ਔਰ ਮੇਰਾ ਸਤਿਕਾਰਯੋਗ ਭਰਾ ਗੁਲਜ਼ਾਰ ਮਦੀਨਾ ਸਾਧਕ, ਤਾੜੀ ਲਾਓ ਖੁੱਲ੍ਹ ਕੇ, ਬਹੁਤ ਅੱਛੇ ਪ੍ਰੈਸ ਰਿਪੋਰਟਰ ਨੇ ਸਾਡਾ, ਜਿਹੜਾ ਸੰਗੀਤਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਆਰਟੀਕਲ ਹੁੰਦਾ ਉਹ ਇਹਨਾਂ ਵੱਲੋਂ ਹੀ ਲੱਗਦਾ, ਕਿਸੇ ਵੀ ਸਿੰਗਰ ਦਾ ਹੋਵੇ। ਬਹੁਤ ਸ਼ੁਕਰੀਆ, ਡਾਕਟਰ ਬਹੁਤ ਅੱਛੇ ਨੇ। ਹਾਂ ਲਾਡੀ ਸਾਡਾ ਵੀਰ ਢੁੱਡੀ ਤੋਂ, ਬਹੁਤ ਪਿਆਰਾ ਵੀਰ, ਬਹੁਤ ਮਿਹਰਬਾਨੀ, ਟਲਦਾ ਕਿੱਥੇ ਜੱਟ ਫੇਰ ਆ ਗਿਆ। ਕੀ ਗੱਲ ਹੋ ਗਈ ਸੁਣਿਆ? ਅੱਛਾ ਹਾਏ 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 ਹਾਏ, ਛੱਡਿਆਵਾਂਗੇ ਯਾਰ, ਏਡੀ ਕਿਹੜੀ ਗੱਲ ਹੈ। ਹਾਂ ਬਾਪੂ ਬਲਕਾਰ ਸਿੰਘ ਦਾ ਚਿਹਰਾ ਬਦਲਿਆ, ਹਾਂ ਸੁਣੇ ਹੋਏ ਘਰ ਦਾ ਚਿਰਾਗ ਜਗਿਆ, ਜਿਉਂਦੇ ਰਹੋ ਬਈ। ਬਾਪੂ ਬਲਕਾਰ ਸਿੰਘ ਦਾ ਚਿਹਰਾ ਬਦਲਿਆ ਤੇ ਸੁਣੇ ਹੋਏ ਘਰ ਦਾ ਚਿਰਾਗ ਜਗਿਆ, ਹੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾ ਗਿਆ, ਥਾਪੀ ਵੇਖ ਬਾਈ ਦੇ ਇੱਧਰ। ਆ ਡਾਕਟਰ ਸਾਹਿਬ ਮਾੜਾ ਥਾਪੀ ਬਾਈ ਨੂੰ ਦੁਬਾਰਾ ਮਰਾਉਂਦੇ ਆਪਾਂ, ਨਾ ਰੋਕੋ ਕੋਈ ਗੱਲ ਨੀ, ਹੁਣ ਤਾਂ ਬਸ ਬੋਲੀਆਂ ਹੀ ਪਾਉਣੀਆਂ ਆਪਾਂ, ਕਰੋ ਕੋਈ ਹੈ ਤਾਂ ਨੀ ਸਿੰਗਰ ਕਿਸੇ ਨੇ ਗਾਉਣਾ ਤਾਂ ਨਹੀਂ, ਬਸ ਕੋਈ ਗੱਲ ਨੀ, ਲੈ ਮੇਰਾ ਵੀ ਕਿਸੇ ਨੂੰ ਪਰੇਸ਼ਾਨ ਨਾ ਕਰਿਓ, ਤੰਗ ਨਾ ਕਰਿਓ, ਤੇ ਆਰਾਮ ਨਾਲ ਇੱਥੇ ਆਉਂਦਾ, ਕੋਈ ਗੱਲ ਨੀ, ਦੋ ਮਿੰਟ ਹੀ ਲਾਉਣੇ ਆਪਾਂ। ਹਾਏ 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 ਹਾਏ,
ਵਰਦੀ ਬੰਦੂਕ ਘਰ ਵਾਲੀਆਂ ਫੌਜੀਆਂ ਨੂੰ ਫੌਜਣੇ ਪਿਆਰੀਆਂ, ਕਹਿੰਦਾ ਮੈਂ ਫੌਜੀ ਚਾਅ ਵੀ ਬੜਾ ਹੁੰਦਾ ਤੇ ਸੱਚੇ ਸੁੱਚੇ ਇਨਸਾਨ ਵੀ ਬੜੇ ਹੁੰਦੇ ਫੌਜੀ ਜਿਉਂਦੇ ਰਹੋ। ਜਿੰਨਾ ਚਿਰ ਗਾਉਂਦਾ ਰਿਹਾ ਇੱਕ ਠੋਕ ਕੇ ਰੱਖ ਨਾ ਕੋਈ ਸਕਿਆ ਤੂਫਾਨ ਰੋਕ ਕੇ, ਸਾਰੀ ਦੁਨੀਆ ਦੇ ਉੱਤੇ ਢੱਕ ਪਾ ਗਿਆ। ਸਹੀ ਗੱਲ ਹੈ ਬਾਈ, ਆ ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਝੋਟਾ ਫੇਰ ਆ ਗਿਆ, ਢਲਦਾ ਹੈ ਨਿੱਕਾ ਸਿੱਧੂ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ। ਮੈਂ ਤਾਂ ਇੱਥੇ ਖੜਾ ਇੱਥੇ ਆਏ ਹਾਏ ਹਾ ਹਾ ਹਾ, ਮੈਨੂੰ ਪਤਾ ਸੀ ਮੈਂ ਬਾਈ ਥੋੜਾ ਜਿਹਾ ਸੂਈ ਨੱਬੇ ਤੇ ਹੋਈ ਪਈ ਹੈ, ਬਾਈ ਸਟੇਜ ਵੱਲ ਵੇਖ ਕੇ ਕਰੀ ਜਾਂਦਾ, ਕਹਿੰਦਾ ਬਾਈ ਵਾਹ ਕਿਆ ਬਾਬਾ ਬੁੱਟਰ ਤੋਂ, ਵਾਹ ਜੀ ਵਾਹ ਕਿਆ ਬਾਬਾ, ਜਿਉਂਦੇ ਰਹੋ। ਮੂਸੇ ਪਿੰਡ ਦੀਆਂ ਮਹਿਕ ਪਈਆਂ ਗਲੀਆਂ, ਆਸਾਂ ਹੋਈਆਂ ਪੂਰੀਆਂ ਦਿਲਾਂ ਚ ਪਈਆਂ, ਬਈ ਮੂਸੇ ਪਿੰਡ ਦੀਆਂ ਮਹਿਕ ਪਈਆਂ ਗਲੀਆਂ, ਆਸਾਂ ਹੋਈਆਂ ਪੂਰੀਆਂ ਦਿਲਾਂ ਚ ਪਈਆਂ, ਸੇਖੋਂ ਜੰਡ ਵਾਲੇ ਆਏ ਮੀਤ ਗਾ ਗਿਆ, ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਝੋਟਾ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ। ਥੈਂਕ ਯੂ ਥੈਂਕ ਯੂ। ਲਾਸਟ ਇੱਕ ਵਾਰੀ ਫੇਰ ਤੁਹਾਨੂੰ ਸਥਾਈ ਹੋਈ ਗਾਉਂਦੇ ਆਪਾਂ, ਉਸ ਤੋਂ ਬਾਅਦ ਫਿਰ ਆਪਾਂ ਇੱਕ ਦੋ ਬੋਲੀਆਂ ਪਾ ਕੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ। ਬਾਪੂ ਬਲਕਾਰ ਸਿਉਂਦਾ ਚਿਹਰਾ ਤੜਿਆ, ਬਈ ਸੁਨੇ ਹੋਏ ਘਰ ਦਾ ਚਿਰਾਗ ਜਗਿਆ, ਹਾਂ ਬਾਪੂ ਬਲਕਾਰ ਸਿਉਂਦਾ ਚਿਹਰਾ ਤੜਿਆ, ਤੇ ਸੁਨੇ ਹੋਏ ਘਰ ਦਾ ਚਿਰਾਗ ਜਗਿਆ, ਹਾਂ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾ ਗਿਆ। ਜੇ ਖੁਸ਼ ਹਾਂ ਤਾਂ ਫਿਰ ਇੱਕ ਲਲਕਣਾ ਮਾਰ ਕੇ ਵਿਖਾ, ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਝੋਟ ਫੇਰ ਆ ਗਿਆ, ਢਲਦਾ ਹੈ ਨਿੱਕਾ ਸਿੱਧੂ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ, ਢਲਦਾ ਹੈ ਕਿੱਥੇ ਜੱਟ ਫੇਰ ਆ ਗਿਆ। ਹਾਂ ਪਿੰਡਾਂ ਵਿੱਚੋਂ ਪਿੰਡ ਸੁਣ